अपने काम ध्यान रखा करो थ्री ਪਬੀ ਸਾਨੂੰ ਤੁਹਾਡੇ ਸਾਲਾਂ ਦੀ ਕੋਈ ਲੋੜ ਨਹੀਂ 3 2 1 ਦੇਖੋ ਭਾਬੀ ਜੀ ਸਾਨੂੰ ਤੁਹਾਡੇ ਸਾਲਾਂ ਦੀ ਕੋਈ ਲੋੜ ਨਹੀਂ ਗੀ ਠੀਕ ਹੈ ਅਸੀਂ ਜਿੱਥੇ ਜੀ ਆਈਏ ਤੇ ਨਾ ਸਾਨੂੰ ਤੁਹਾਡੇ ਸਾਲਾਂ ਦੀ ਕੋਈ ਲੋੜ ਨਹੀਂ ਹੈਗੀ ਤੁਹਾਡੀ ਆਦਤ ਵਾ ਪੁਰਾਣੀ ਗੱਲਾਂ ਸੁਣਦੀ ਪੁਰਾਣੀ ਆਦਤ ਵਾ ਗੱਲਾਂ ਸੁਣਦੀ ਸਾਡੀ ਨੂੰਹ ਆ ਜਿੱਥੇ ਮਰਜ਼ੀ ਆਵੇ ਜਾਵੇ ਨਾ ਜਾ 3 2 1 ਦੇਖੋ ਭਾਬੀ ਜੀ ਸਾਨੂੰ ਤੁਹਾਡੇ ਸਾਲਾਂ ਦੀ ਕੋਈ ਲੋੜ ਨਹੀਂ ਗੀ ਤੁਹਾਡੀ ਤੇ ਪੁਰਾਣੀ ਆਦਤ ਗੱਲਾਂ ਸੁਣਦੀ ਹੁਣ ਤੁਸੀਂ ਕਹਿਣਾ ਵਾ ਇਹ ਛੱਡ ਛੜੋ ਇਹਨੇ ਅੱਗੇ ਘਰ 'ਚ ਬੜੀਆਂ ਲੜਾਈਆਂ ਪਵਾਈਆਂ ਵਾ 3 अंकल उ बहुत दुखी अजकल भलाई का जमाना ही नहीं बंदे नूं कहीदा कुछ होर वा समझदा कुछ होर आ अजकल ते भला करना पाप ही आ भाजी माई बंदे नूं कहीदा कुछ होर आ ते समझदा कुछ होर आ अजकल ते भला करना ही अजकल ते भला करना ही पाप आ मैं हुण कहना देख ला मासी दा जमाना ही नहीं है ना 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 भला करना पाप आ फिर कर ਬੰਦੇ ਨੂੰ ਕਹੀਦਾ ਕੁਝ ਹੋਰ ਆ ਤੇ ਸਮਝਦਾ ਕੁਝ ਹੋਰ ਆ ਅੱਜ ਕੱਲ ਤੇ ਭਲਮਾਸੀ ਦਾ ਭਲਾ ਕਰਨਾ ਪਾਪ ਅੱਜ ਕੱਲ ਤੇ ਭਲਾ ਕਰਨਾ ਪਾਪ ਆ 3 2 1 ਵੇਖ ਲਾ ਬੰਦੇ ਨੂੰ ਕਹੀਦਾ ਕੁਝ ਵਾ ਤੇ ਸਮਝਦਾ ਕੁਝ ਵਾ ਅੱਜ ਕੱਲ ਤੇ ਨਾ ਭਲਾ ਕਰਨਾ ਹੀ ਪਾਪ ਆ ਭਲਾ ਕਰ ਹਾਂ ਹੁਣ ਚੱਕਰ ਰੱਖੀ ਨਹੀਂ ਨਹੀਂ ਉਹ ਵੀ ਸਹੀ ਚੱਕਰ ਹੈ ਨਾ ਚਲੋ 3 2 1 समझदा कुछ होर अजकल तो भला करना ही पाप आ चलो 3 2 1 आज यू ना जी डैडी लो मैं करता सर ते किदा हूं ठीक है मम्मी पहले अंदर लम्मे दे पा जाके वेरी गुड गाइस ओ गाइस वेरी गुड गाइस अपने भी कम आ गल तीन कहनी
ਟੂ ਆ ਕਾਪੀ ਮੜੀ ਜੀ ਪਰੇ ਆ ਰੁਕ ਰਹਿ ਮੈਨੂੰ ਇਧਰ ਆ ਲੱਗੂ ਇਧਰ ਆ ਲੱਗੂ ਜੀ ਆ ਜੀ ਚਾਚੀ ਨੂੰ ਕਿਉਂ ਆ ਬੜੀਆਂ ਪੱਟੀਆਂ ਰੱਖਣ ਦੇ ਚਾਚੀ ਹੁਣੀ ਇਹ ਤੁਸੀਂ ਨਾ ਬਰਾਬਰ ਹੋ ਕੇ ਬੈਠੋ ਥੱਲੇ ਕੀ ਕਰਨਾ ਬੈਠੀ ਮੈਂ ਬੈਠੀ ਹਾਂ ਮਤਲਬ ਫਿਰ ਪ੍ਰੇਮ ਪ੍ਰੇਮ ਚ ਬਾਹਰ ਹੋ ਜਾਂਦੇ ਨੇ ਬੱਚੇ थ्री टू वन मम्मी जी तुम बाहर बैठे जी अंदर चाची नू क्यों बड़िया पट्टिया रखने सिर पर ठीक तो है नी बुखार चढ़िया हाँ तो मैडम महारानी नहीं दिखा दी वो पेके मैडम महारानी नाव नहीं होना लागे लभी मैनू कहते रोटी पानी सारे कहने करना मैं बाद ਮੰਮੀ ਉਹਨਾਂ ਨੂੰ ਕੀ ਲੋੜ ਪੈ ਗਈ ਸੀ ਪੇਕੇ ਜਾਣ ਦੀ ਬਾਅਦ ਚ ਚਲ ਜਾਂਦੇ ਚਾਰ ਦਿਨ ਉਹਨਾਂ ਵੱਲ ਤੇ ਵੇਂਦੇ ਕਿੱਦਾਂ ਮੰਜੀ ਤੇ ਪਏ ਨੇ ਨਾਲੇ ਮੰਮੀ ਮੇਰੇ ਕੋ ਨਹੀਂ ਜੇ ਵੇਖਿਆ ਜਾਂਦਾ ਮੈਂ ਲਾਗਮ ਚੁੱਪ ਨਹੀਂ ਕਰਦਾ ਸਾਡਾ ਸੀਨ ਖਰਾਬ ਹੋ ਜਾਂਦਾ ਅੰਦਰ ਲੱਗ ਟੂ ਵਨ ਮੰਮੀ ਚਾਰ ਦਿਨ ਹਟ ਕੇ ਪੇਕੇ ਚਲ ਜਾਂਦੀ ਹੁਣ ਕੀ ਲੋੜ ਸੀ ਐਡੀ ਉਹਨੂੰ ਕਾਹਲੀ ਪਈ ਸੀ ਜਾਣ ਦੀ ਮੇਰੀ ਗੱਲ ਸੁਣੋ ਮੇਰੇ ਕੋ ਤਾਂ ਨਹੀਂ ਜੀ ਉਹ ਵੇਖੇ ਜਾਂਦੇ ਮੈਂ ਜਾ ਕੇ ਦੇਵਾਂ ਰੋਟੀ ਪਾਣੀ ਪੁੱਛ ਕੇ ਤੂੰ ਦੇਣੀ ਆ ਤਾਂ ਰੋਟੀ ਦੇ ਲਾ ਮੈਂ ਤਾਂ ਬੇਇੱਜ਼ਤੀ ਕਰਾ ਲਈ ਆ ਤੂੰ ਵੀ ਚਾਹ ਲਾ ਲਾ ਜਾ ਕੇ ਮੰਮੀ ਜੇ ਤੁਸੀਂ ਨਹੀਂ ਨਾ ਮੰਨਦੇ ਮੈਨੂੰ ਪਰ ਵੇਖ ਕੇ ਹੋਰ ਤਰ੍ਹਾਂ ਹੁੰਦਾ ਤੁਹਾਡੇ ਵਾਂਗੀ ਆ ਮੈਂ ਵੀ ਤੁਸੀਂ ਇਹ ਗੱਲ ਕਹੋ ਨਾ ਕਿ ਸ਼ਰਨ ਕਹਿੰਦੀ ਮੰਮੀ ਰਹਿਣ ਦੋ ਫਿਰ ਜੇ ਅਗਲੇ ਨੇ ਸਾਡੀ ਫਿਕਰ ਨਹੀਂ ਹੈਗੀ ਤੇ ਫਿਰ ਅਸੀਂ ਆਹ ਗੱਲ ਕਹਿ ਸੀ ਠੀਕ ਠੀਕ ਆਹ ਗੱਲ ਕਹਿਣੀ ਚੱਲ ਛੱਡੋ ਮੰਮੀ ਰਹਿਣ ਦੋ ਜੇ ਅਗਲੇ ਨੂੰ ਸਾਡੀ ਫਿਕਰ ਨਹੀਂ ਹੈਗੀ ਤੇ ਫਿਰ ਮੈਂ ਵਿੱਚ ਉਹ ਕੱਟ ਲੂਗੀ ਜਿਹੜਾ ਮੈਂ ਇਸ ਹਾਂ ਮੈਂ ਕੱਟ ਲੂਗਾ ਠੀਕ 3 2 1 ਮੰਮੀ ਜੀ ਰਹਿ ਮੰਮੀ ਰਹਿਣ ਦੋ ਜੇ ਉਹਨਾਂ ਨੂੰ ਸਾਡੀ ਫਿਕਰ ਨਹੀਂ ਹੈਗੀ ਤਾਂ ਅਸੀਂ ਉਹਦੀ ਫਿਕਰ ਕਿਉਂ ਕਰੀਏ ਅਗਲੇ ਤਾਂ ਸਮਝਦੇ ਨਹੀਂ ਹੁਣ ਸਾਨੂੰ ਆਪਣੇ 3 2 1 ਮੰਮੀ ਗੱਲ ਵੀ ਤੁਹਾਡੀ ਸਹੀ ਆ ਰਹਿਣ ਦੋ ਜੇ ਉਹਨਾਂ ਨੇ ਕਿਹਾ ਸਾਡੀ ਮੰਨਣੀ ਆ ਸਾਨੂੰ ਤਾਂ ਕੁਝ ਸਮਝ ਜੇ ਉਹਨਾਂ ਨੂੰ ਸਾਡੀ ਫਿਕਰ ਨਹੀਂ ਹੈਗੀ ਤਾਂ ਅਸੀਂ ਕਿਉਂ ਦੀ ਕਰੀਏ ਰਹਿਣ ਹੀ ਦਿੰਨੀ ਆ ਜਦੋਂ ਉਹ ਨਹੀਂ ਸਾਨੂੰ ਸਮਝਦੇ ਤੇ ਫਿਰ ਸਾਨੂੰ ਉਹਨਾਂ ਦੀ ਕਾਦੀ ਫਿਕਰ ਹੈ ਨਾ ਚੁੱਪ 3 2 1 ਮੰਮੀ ਰਹਿਣ ਹੀ ਦਿੰਨੀ ਆ ਉਹਨਾਂ ਨੂੰ ਕਿਹਾ ਸਾਡੀ ਫਿਕਰ ਹੈਗੀ ਨਹੀਂ ਨਹੀਂ ਮੰਮੀ ਚੱਲ ਮੰਮੀ ਮੈਂ ਰਹਿਣ ਦਿੰਨੀ ਆ ਜਦੋਂ ਉਹਨਾਂ ਨੂੰ ਨਹੀਂ ਸਾਡੀ ਫਿਕਰ ਤੇ ਅਸੀਂ ਕਿਹੜੀ ਕਲੋਨਰੀ ਦੀ ਟੈਨਸ਼ਨ ਲੈਂਦੇ ਨਹੀਂ 3 2 1 ਮੰਮੀ ਰਹਿਣ ਹੀ ਦਿੰਨੀ ਆ ਉਹਨਾਂ ਨੂੰ ਕਿਹਾ ਸਾਡੀ ਫਿਕਰ ਹੈਗੀ ਆ ਜਿਹੜੀ ਆਪਾਂ ਉਹਨਾਂ ਦੀ ਕਰੀਏ ਕੱਟ 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 ਹੁਣ 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 3 2 1 ਜਿੰਨਾ ਮੈਨੂੰ ਤਰਸ ਆਇਆ ਸੀ ਉਹ ਤੇ ਮੈਨੂੰ ਪਤਾ ਸੀ ਪਰ ਉਹਨੇ ਇੰਨਾ ਨਹੀਂ ਸੋਚਿਆ ਕਿ ਮੇਰੀ ਵੱਡੀ ਭਾਬੀ ਮਾਵਾਂ ਵਰਗੀ ਆ ਮੈਂ ਉਹਦੀ ਗੱਲ ਦੀ ਕੋਈ ਮੈਂ ਵੀ ਮੈਨੇ ਗੱਲ ਮੰਨਾਂ ਜਾਂ ਕੁਛ ਨਾ ਗੱਲ ਬੋਲਾਂ ਵੀ ਅਗੋਂ ਨਾ ਬੋਲਾਂ ਸਾਰਾ ਕਿ ਨਹੀਂ ਸਾਰਾ 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 3 2 1 ਜਿੰਨਾ ਪੁੱਤ ਮੈਨੂੰ ਦੁੱਖ ਲੱਗਾ ਸੀ ਨਾ ਜੀਵਨ ਦਾ ਉਹ ਤੇ ਮੈਨੂੰ ਪਤਾ ਜੇ ਮੈਂ ਕਿਹਾ ਸੀ ਤੇ ਮੇਰੀ ਮੰਨ ਲੈਂਦਾ ਹਾਂ ਰੋਟੀ ਖਾ ਲੈਂਗੇ ਮੈਂ ਕਿਹੜਾ ਇਹਨਾਂ ਦਾ ਮਾੜਾ ਸੋਚਣ ਦੀ ਹਾਂ ਨਿੱਕੇ ਨਿੱਕੇ ਮੈਂ ਹੱਥੀਂ ਪਾਲੇ ਸੀ ਮੈਨੂੰ ਕਿਤੇ ਉਹ ਮਾੜੇ ਲੱਗਣ ਡਏ ਨੇ ਠੀਕ ਆ ਮਾੜਾ ਚੰਗਾ ਬੋਲਣ ਦੀ ਮੈਨੂੰ ਲੋੜ ਹੈ ਉਹ ਅਸੀਂ ਬੋਲੀਏ ਜਾਂ ਨਾ ਬੋਲੀਏ ਇਹਦਾ ਭਲਾ ਕੀ ਫਰਕ ਬਣਦਾ ਹੈ ਹੁਣ ਤੁਸੀਂ ਮੰਮੀ ਨੂੰ ਕਹਿਣਾ ਉੱਥੇ ਆ